ਨਾਲੇ ਤਾਂ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਤੇ ਇੱਕ ਵਾਅਦੇ ਉਹਨੇ ਕੀਤੇ ਸੀ ਜੀ ਮੈਂ ਜਿਸ ਦਿਨ ਮੰਤਰੀ ਬਣ ਗਿਆ ਉਸ ਦਿਨ ਮੈਂ ਆਪਦੇ ਪਿੰਡ ਆਪਦੇ ਸ਼ਹਿਰ ਦੇ ਵਿੱਚ ਨੌਵਾਂ ਗੱਡੀਆਂ ਹੀ ਲੈ ਦੇਣੀਆਂ। ਧਰਨਾ ਲਾਇਆ ਜਿਹੜੀ 10 ਮਹੀਨੇ ਦੀ ਕਾਂਗਰਸ ਦੀ ਕਾਰਗੁਜ਼ਾਰੀ ਹੈ ਕੈਪਟਨ ਸਾਹਿਬ ਦੀ 5 ਸਾਲ ਦੀ 5 ਸਾਲ ਵਾਸਤੇ ਸਰਕਾਰ ਆਈ ਹੈ ਉਸ ਸੰਬੰਧੀ ਧਰਨਾ ਲਾਇਆ ਕੁਛ ਉਹਨਾਂ ਨੇ ਬੜੇ ਵੱਡੇ ਵਾਲੇ ਵਾਅਦੇ ਕੀਤੇ ਸੀ ਵੀ ਅਸੀਂ ਚਾਹੇ ਤਾਂ ਨਸ਼ੇ ਨੂੰ ਲੈ ਕੇ ਚਾਹੇ ਰੇਤਿਆਂ ਨੂੰ ਲੈ ਕੇ ਚਾਹੇ ਗਰੀਬ ਕੰਨਿਆਵਾਂ ਦੇ ਵਿਆਹ ਵਾਸਤੇ ਚਾਹੇ ਪੈਨਸ਼ਨ ਨੂੰ ਲੈ ਕੇ ਬੜੇ ਬੜੇ ਵਾਅਦੇ ਕੀਤੇ ਸੀ ਲੋਕਾਂ ਨੂੰ ਝੂਠ ਤਬਾਨ ਮਾਰਿਆ ਸੀਗਾ ਲੋਕਾਂ ਨੇ ਪਬਲਿਕ ਨੇ ਉਹਨਾਂ ਦੇ ਝੂਠ ਦੇ ਵਿੱਚ ਆ ਕੇ ਜਿਹੜੇ ਉਹਨਾਂ ਨੂੰ ਵੋਟ ਦਿੱਤੀ ਪਰ ਅੱਜ ਤਕਰੀਬਨ 10 ਮਹੀਨੇ ਹੋਣ ਤੋਂ ਬਾਵਜੂਦ ਵੀ ਅਜੇ ਖਾਕਾ ਵੀ ਤਿਆਰ ਨਹੀਂ ਕੀਤਾ ਗਿਆ ਉਹਨਾਂ ਕੋਲੋਂ ਇੱਕ ਸਟੈਪ ਵੀ ਉਸ ਪਾਸੇ ਨੂੰ ਨਹੀਂ ਲਿਆ ਗਿਆ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਵੀ ਜਿਹੜੀ ਸਰਕਾਰ ਹੈ ਝੂਠ ਦੀ ਮਨਿਆਰ 'ਤੇ ਬਣੀ ਹੈ ਇਹ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਤੁਸੀਂ ਇੱਕ ਬਹੁਤ ਵੱਡੀ ਗਲਤੀ ਕਰ ਲਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਜਗਾਉਂਦੇ ਰਹਾਂਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਕੀਤੇ ਵਾਅਦੇ ਜੋ ਜੋ ਇਹਨਾਂ ਨੇ ਮੈਨੀਫੈਸਟੋ ਦੇ ਵਿੱਚ ਕਿਹਾ ਚਾਹੇ ਉਹ ਰੇਤਾ ਹੈ ਚਾਹੇ ਨਸ਼ਾ ਹੈ ਚਾਹੇ ਕਿਸਾਨਾਂ ਦੀਆਂ ਆਤਮ ਹੱਤਿਆਂ ਦੀ ਗੱਲ ਕਰਦੇ ਕਰਜ਼ੇ ਮਾਫ਼ ਦੀ ਗੱਲ ਕਰ ਲਈਏ ਕਿਸੇ ਵੀ ਪੱਖ ਦੇ ਪਾਸੇ ਸਰਕਾਰ ਨੇ ਕੋਈ ਕਦਮ ਨਹੀਂ ਚੱਕਿਆ ਉਹਨੂੰ ਜਾਗਰੂਕ ਕਰਾਉਣ ਲਈ ਤਾਂ ਕਿ ਇਹਨਾਂ ਦੇ ਕੰਨਾਂ 'ਤੇ ਜ਼ੋਰ ਰਹਿੰਗੇ ਇਹ ਧਰਨੇ ਅਸੀਂ ਪਹਿਲਾਂ ਵੀ ਦਿੱਤੇ ਆ ਹੁਣ ਵੀ ਦਿੱਤੇ ਅਤੇ ਅਗਾਂਹ ਵੀ ਦਿੰਦੇ ਰਹਾਂਗੇ ਤਾਂ ਜੋ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਹੈ ਉਹ ਠੀਕ ਢੰਗ ਨਾਲ ਕੀਤੀ। ਮੋਗਾ ਸੇ ਜਾਗਰਤੀ ਲਹਿਰ ਕੇ ਲੀਏ ਕੈਮਰਾਮੈਨ ਨਵੀਨ ਸਿੰਗਲਾ ਕੇ ਸਾਥ ਲਕਸ਼ਮਣਜੀਤ ਸਿੰਘ ਪੁਰਵਾ ਕੀ ਰਿਪੋਰਟ।